ਪਰ ਨੇ ਖਾਦੀ ਹੈ ਨਾ ਜੇਰ ਉਹਨੇ ਮੈਲਾ ਬੜੀ ਜਲਦੀ ਛੱਡਿਆ ਤਾਂ ਦਾ ਕਿ ਜੇਰ ਦੇ ਖਾਣ ਦੇ ਜਾਨਵਰ ਦੇ ਫਾਇਦੇ ਕੀ ਨੇ ਅਗਰ ਜੇ ਖਾ ਲਵੇ ਨਾ ਤੇ ਮਸਲਾ ਕੋਈ ਨਹੀਂ ਡਰ ਅਸਲਾਮ ਅਲੈਕਮ ਕੀ ਹਾਲ ਹੈ ਜਨਾਬ ਸਾਰਿਆਂ ਭਰਾਵਾਂ ਦਾ ਠੀਕ ਠਾਕ ਹੋ ਉਮੀਦ ਕਰਨਾ ਸਭ ਠੀਕ ਠਾਕ ਹੋਵੇ ਮੈਂ ਤੁਹਾਡਾ ਆਪਣਾ ਮੇਜ਼ਬਾਨ ਦਾਨੀ ਪਹਿਲੇ ਤੇ ਜਿਹੜਾ ਭਰਾ ਮੇਰਾ ਇਹ ਵੀਡੀਓ ਵੇਖ ਰਿਹਾ ਹੈ ਜਿਹੜਾ ਨਵਾਂ ਵੇ ਠੀਕ ਹੈ ਉਹ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਕਿ ਹਰ ਨਈ ਵੀਡੀਓ ਆਉਣ ਵਾਲੀ ਤੁਹਾਡੇ ਤੱਕ ਸਭ ਤੋਂ ਪਹਿਲੇ ਪਹੁੰਚ ਜਾਵੇ ਠੀਕ ਹੈ ਤੇ ਮੈਂ ਕੋਸ਼ਿਸ਼ ਕਰਨਾ ਤੁਹਾਡੇ ਜਿਹੀਆਂ ਰਿਲੇਟਿਡ ਜਿਹੜੀਆਂ ਅੱਛੀਆਂ ਵੀਡੀਓ ਨੇ ਨਾ ਉਹ ਹੀ ਲੈ ਕੇ ਆਵਾਂ ਜਿਹੀਆਂ ਤੁਹਾਡੇ ਕੰਮ ਆਵਾਂ ਠੀਕ ਹੈ ਇਸ ਵੀਡੀਓ ਨੂੰ ਸ਼ੇਅਰ ਵੀ ਕਰਿਓ ਕਿਉਂਕਿ ਸਾਡੇ ਪਿੰਡਾਂ ਵਿੱਚ ਮੈਂ ਗੱਲ ਤੁਹਾਡੇ ਨਾਲ ਕਰਨੀ ਸਾਡੇ ਪਿੰਡਾਂ ਵਿੱਚ ਹੀ ਜ਼ਿਆਦਾ ਹੁੰਦਾ ਵੇ ਠੀਕ ਹੈ ਕਿ ਅਸੀਂ ਵੇਖਦੇ ਹਾਂ ਜਿਸ ਵੇਲੇ ਡੰਗਰ ਸੁਣਦਾ ਗਾਂ ਮੱਝ ਅਤੇ ਜੇਰ ਦਾ ਅਸੀਂ ਕਹਿੰਦੇ ਹਾਂ ਕਿ ਜੇਰ ਖਾ ਜਾਏਗਾ ਅਤੇ ਨੁਕਸਾਨ ਹੋ ਜਾਏਗਾ ਅਤੇ ਇੰਝ ਉਂਝ ਅਤੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਜੇਰ ਦੇ ਖਾਣ ਦੇ ਜਾਨਵਰ ਦੇ ਫਾਇਦੇ ਕੀ ਨੇ ਠੀਕ ਹੈ ਇਹ ਜਿਹੜਾ ਅਸੀਂ ਵੇਖਿਆ ਇਹ ਆਪਣੀ ਸਾਡੇ ਜਾਨਵਰਾਂ ਨੇ ਖਾਧੀ ਹੈ ਲੇਕਿਨ ਕੁਝ ਨਹੀਂ ਇੱਕ ਦੋ ਨੇ ਖਾਧੀ ਹੈ ਅਸੀਂ ਵੀ ਕੋਸ਼ਿਸ਼ ਕਰਨੀ ਆ ਨਾ ਖਾਵੇ ਅਗਰ ਜੇ ਖਾ ਲਵੇ ਨਾ ਤਾਂ ਮਸਲਾ ਕੋਈ ਨਹੀਂ ਡਰਨ ਦਾ ਕੋਈ ਨਹੀਂ ਅਸੀਂ ਚੈੱਕ ਕੀਤਾ ਵੇ ਨਾ ਉਹਦੇ ਮੈਦੇ ਨੂੰ ਮਸਲਾ ਆਉਂਦਾ ਵੇ ਠੀਕ ਹੈ ਨਾ ਉਹ ਖਾਣ ਪੀਣ 'ਚ ਘੱਟ ਕਰਦੀ ਹੈ ਠੀਕ ਹੈ ਨਾ ਉਹ ਦੁੱਧ 'ਚ ਕੋਈ ਫਰਕ ਆਉਂਦਾ ਠੀਕ ਹੈ ਕੋਈ ਫਰਕ ਨਹੀਂ ਪੈਂਦਾ ਹਾਲਾਂਕਿ ਜਿਹੜੇ ਜਾਨਵਰ ਨੇ ਖਾਧੀ ਹੈ ਨਾ ਜੇਰ ਉਹਨੇ ਮੈਲਾ ਬੜੀ ਜਲਦੀ ਛੱਡਿਆ ਉਹ ਕਿਉਂ ਕਿਉਂਕਿ ਜੇਰ ਵਿੱਚ ਪ੍ਰੋਟੀਨ ਹੁੰਦੇ ਨੇ ਕੈਲਸ਼ੀਅਮ ਵੀ ਹੁੰਦੇ ਨੇ ਠੀਕ ਹੈ ਤਾਕਤ ਹੁੰਦੀ ਜਾਨਵਰ ਨੂੰ ਉਸ ਵੇਲੇ ਤਾਕਤ 'ਚ ਚਾਹੀਦੀ ਹੁੰਦੀ ਹੈ ਠੀਕ ਹੈ ਹਰ ਇੱਕ ਚੀਜ਼ ਉਹਦੀ ਉਹਦੇ ਵਿੱਚ ਮਿਕਦਾਰ ਜ਼ਿਆਦਾ ਹੁੰਦੀ ਹੈ ਜਿਸ ਵੇਲੇ ਜਾਨਵਰ ਖਾ ਲੈਂਦਾ ਇਹ ਨਹੀਂ ਕਿ ਹੁਣ ਤੁਸੀਂ ਉਹ ਜਾਨਵਰ ਸੂਏ 'ਤੇ ਅੱਗੇ ਸੱਟ ਦੇਵੇ ਲੇਕਿਨ ਉਹ ਇਹ ਵੇ ਕਿ ਜੇ ਅਗਰ ਖਾ ਲਵੇ ਤਾਂ ਪਰੇਸ਼ਾਨ ਹੋਣ ਦੀ ਕੋਈ ਜ਼ਰੂਰਤ ਹੈ ਠੀਕ ਹੈ ਜਾਨਵਰ ਦੇ ਉਹਦੇ ਵਿੱਚ ਬੜੇ ਫਾਇਦੇ ਹੁੰਦੇ ਨੇ ਹਾਲਾਂਕਿ ਅਤੇ ਹਰ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਨਾ ਖਾਵੇ ਜਾਨਵਰ ਲੇਕਿਨ ਇਹ ਵੇ ਕਿ ਖਾ ਲਵੇ ਨਾ ਮਸਲਾ ਕੋਈ ਨਹੀਂ ਹੈ ਉਹਦੇ ਵਿੱਚ ਕੈਲਸ਼ੀਅਮ ਅਤੇ ਔਰ ਸ਼ਹਿਦ ਦੀ ਮਿਕਦਾਰ ਹੱਦ ਤੋਂ ਜ਼ਿਆਦਾ ਹੁੰਦੀ ਹੈ ਠੀਕ ਹੈ ਅਤੇ ਇਹ ਤੁਸੀਂ ਵੇਖਿਆ ਹੋਣਾ ਵੇ ਕਿ ਬਾਹਰ ਜਿਕਣੂ ਜੰਗਲਾਤ ਵਿੱਚ ਜੰਗਲ ਵਿੱਚ ਨੇ ਜਾਨਵਰ ਉੱਥੇ ਕਿਹੜਾ ਬੰਦਾ ਜਿਹੜਾ ਉਹਨਾਂ ਤੋਂ ਬਚਾਉਂਦਾ ਚੁੱਕ ਕੇ ਪਿੱਛਾ ਕਰ ਲੈਂਦਾ ਕੋਈ ਵੀ ਨਹੀਂ ਪਿੱਛਾ ਕਰਦਾ ਹਾਲਾਂਕਿ ਉਹ ਵੇਲੇ ਜੇਰ ਸੱਟਦੀਆਂ ਨੇ ਉਹ ਖਾ ਸੱਟਦੀਆਂ ਨੇ ਤਾਂ ਕਿ ਕੋਈ ਵੀ ਸਬੂਤ ਨਾ ਨਹੀਂ ਛੱਡਦੀਆਂ ਹਨ ਕਿ ਕੋਈ ਵੀ ਜਾਨਵਰ ਆ ਕੇ ਸਾਡੇ ਬੱਚੇ ਦਾ ਸ਼ਿਕਾਰ ਕਰੇ ਜਾਂ ਕੋਈ ਵੀ ਅਤੇ ਉਹਨਾਂ ਨੂੰ ਕੁਝ ਨਹੀਂ ਹੁੰਦਾ ਅਤੇ ਕਿ ਸਾਡੇ ਕੋਈ ਵੱਖਰੇ ਨੇ ਜਾਂ ਇਹਨਾਂ ਦਾ ਕੋਈ ਹੋਰ ਸਿਸਟਮ ਹੈ ਇਹ ਬਸ ਹੋ ਗਿਆ ਇਹ ਸਾਡੇ ਬਸ ਇੱਕ ਸ਼ੁਰੂ ਤੋਂ ਰੂਟੀਨ ਬਣ ਗਈ ਹੈ ਅਤੇ ਅਸੀਂ ਹੁਣ ਕਹਿੰਦੇ ਹਾਂ ਕਿ ਨਹੀਂ ਇਹ ਕੰਮ ਗਲਤ ਹੈ ਲੇਕਿਨ ਇਹ ਕੰਮ ਗਲਤ ਨਹੀਂ ਹੈ ਅਤੇ ਸਭ ਭਰਾ ਮੇਰਾ ਚੈਨਲ ਸਬਸਕ੍ਰਾਈਬ ਕਰ ਲਵੋ ਇਹੋ ਜਿਹੀਆਂ ਤੁਹਾਡੇ ਜਿਹੜਾ ਕੰਮ ਦੀਆਂ ਵੀਡੀਓ ਨੇ ਨਾ ਮੈਂ ਅਪਲੋਡ ਕਰਦਾ ਰਹਾਂਗਾ ਠੀਕ ਹੈ ਓਕੇ ਅਸਲਾਮ ਵਾਲੇਕੁਮ।